वेलकम टू डीडी एकेडमी करंट अफेयर ਦੀ ਜੋ ਆਪਣੇ ਵੀਕਲੀ ਵੀਡੀਓਜ਼ ਆਉਂਦੀਆਂ ਨੇ ਜੀ ਅੱਜ ਉਸ ਦੇ ਵਿੱਚ ਆਪਾਂ 5 ਦਸੰਬਰ ਤੋਂ ਲੈ ਕੇ 11 ਦਸੰਬਰ ਤੱਕ ਜੋ ਆਪਣੇ கரنٹ ਅਫੇਅਰਸ ਰਹੇ ਨੇ ਉਹਨਾਂ ਦੇ ਬਾਰੇ ਗੱਲ ਕਰਾਂਗੇ ਜੋ ਜੋ ਮੇਨ ਮੇਨ ਰਹੇ ਨੇ ਫਸਟ ਆਫ ਆਲ ਆਪਾਂ ਪਹਿਲਾਂ ਗੱਲ ਕਰੀਏ ਤਾਂ ਬਟਾਲਾ ਦੇ ਇੱਕ ਰੈਜ਼ੀਡੈਂਟ ਨੇਗੇ ਜਿਨ੍ਹਾਂ ਦਾ ਨਾਮ ਹੈ ਹਰਮਨਜੀਤ ਸਿੰਘ ਗੁਰਾਇਆ ਹੁਣ ਪਿਛਲੇ ਕਰੰਟ ਅਫੇਅਰਸ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਪ੍ਰੈਜ਼ੀਡੈਂਟ ਦ੍ਰੋਪਦੀ ਮੁਰਮੂ ਵੱਲੋਂ ਕੁਝ ਡਿਸੇਬਲ ਪਰਸਨਾਂ ਨੂੰ ਜੋ ਫੈਸਿਲਿਟੀ ਪ੍ਰੋਵਾਈਡ ਕਰਾਉਣ ਵਾਲੇ ਜਾਂ ਉਹਨਾਂ ਦੀ ਜ਼ਿੰਦਗੀ ਬਿਹਤਰ ਕਰਨ ਵਾਲੇ ਜੋ ਇਨਸਾਨ ਨੇਗੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀਗਾ ਸੋ ਜੋ ਬਟਾਲਾ ਦੇ ਹਰਮਨਜੀਤ ਸਿੰਘ ਗੁਰਾਇਆ ਨੇਗੇ ਇਹ ਉਹਨਾਂ ਹੀ ਇਨਸਾਨਾਂ ਦੇ ਵਿੱਚੋਂ ਆਉਂਦੇ ਜਿਨ੍ਹਾਂ ਨੇ ਡਿਸੇਬਲ ਪਰਸਨਸ ਦੀ ਜ਼ਿੰਦਗੀ ਬਿਹਤਰ ਕਰਨ ਦੇ ਲਈ ਕੁਝ ਇਹਨਾਂ ਨੇ ਸਟੈਪਪੁੱਡ ਕੀਤੇ ਜਾਂ ਕੰਮ ਕੀਤਾ ਸੋ ਏਸੇ ਦੇ ਚੱਲਦੇ ਹੋਏ ਇਹਨਾਂ ਦੇ ਇਸ ਰੈਜ਼ੀਡੈਂਟ ਨੂੰ ਪ੍ਰੈਜ਼ੀਡੈਂਟ ਡਰੋਪ ਦੀ ਮੁਰਮੂ ਵੱਲੋਂ ਇੰਟਰਨੈਸ਼ਨਲ ਡੇ ਆਫ ਫਾਰ ਪਰਸਨਸ ਵਿਦ ਡਿਸੇਬਿਲਟੀ ਦੇ ਉੱਪਰ ਸਨਮਾਨਿਤ ਕੀਤਾ ਗਿਆ ਜੀ ਪੰਜਾਬ ਦੇ ਬਟਾਲਾ ਦੇ ਰਹਿਣ ਵਾਲੇ ਹਰਮਨਜੀਤ ਸਿੰਘ ਗੁਰਾਇਆ ਨੂੰ ਉਹਨਾਂ ਨੂੰ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਨੈਕਸਟ ਗੱਲ ਕਰੀਏ ਜੀ ਕੇਂਦਰਾ ਬੈਂਕ ਹੈ ਜੋ ਉਹਨਾਂ ਨੇ ਰਿਸੀਵ ਕੀਤਾ ਬੈਂਕਰਜ਼ ਬੈਂਕ ਆਫ ਦਾ ਇਅਰ ਅਵਾਰਡ 2022 ਇੰਡੀਆ ਦਾ ਸੈਗਮੈਂਟ ਹੈ ਜੋ ਕਹਿੰਦਾ ਭਾਵ ਜੋ ਇੰਡੀਆ ਦੇ ਖੇਤਰ ਦੇ ਵਿੱਚ ਬੈਂਕਰਸ ਆਫ ਬੈਂਕ ਆਫ ਦਾ ਇਅਰ ਅਵਾਰਡ ਹੈ ਜੋ ਉਹ ਕੈਨੜਾ ਬੈਂਕ ਨੂੰ ਮਿਲਿਆ ਹੈ ਨੈਕਸਟ ਦੀ ਗੱਲ ਕਰੀਏ ਤਾਂ ਇੰਡੀਆ ਹੈ ਜੋ ਗਲੋਬਲ ਏਵੀਏਸ਼ਨ ਸੇਫਟੀ ਰੈਂਕਿੰਗ ਦੇ ਵਿੱਚ 48ਵੀਂ ਪੋਜੀਸ਼ਨ ਤੇ ਪਹੁੰਚ ਚੁੱਕਿਆ ਹੈ ਗਲੋਬਲ ਏਵੀਏਸ਼ਨ ਸੇਫਟੀ ਰੈਂਕਿੰਗ ਜੋ ਕਿ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਈਜੇਸ਼ਨ ਜਾਂ ਆਈਸੀਏਓ ਵੱਲੋਂ ਤੈਅ ਕੀਤੀ ਜਾਂਦੀ ਹੈ ਇਸ ਦੇ ਜੋ ਹਰ ਸਾਲ ਕੱਢੇ ਜਾਂਦੇ ਨੇ ਜੋ ਸੇਫਟੀ ਪੈਰਾਮੀਟਰਸ ਕੁਝ ਦੇਖੇ ਜਾਂਦੇ ਹੁੰਦੇ ਨੇ ਕਿ ਇਹ ਰਹਿਣੇ ਚਾਹੀਦੇ ਨੇ ਉਹਦੇ ਵਿੱਚ ਜੋ ਇੰਡੀਆ ਹੈ ਉਹ 48ਵੀਂ ਪੋਜੀਸ਼ਨ ਦੇ ਵਿੱਚ ਪਹੁੰਚ ਚੁੱਕਿਆ ਹੈ ਨਵੇਂਾਂ ਦੇ ਵਿੱਚ ਆਏ ਹੋਏ ਜੋ ਨਵੇਂ ਲਾਂਚ ਕੀਤੇ ਗਏ ਆ ਇਹਦੇ ਤਹਿਤ ਨੈਕਸਟ ਦੇ ਵਿੱਚ ਆਪਾਂ ਗੱਲ ਕਰੀਏ ਜੀ ਫਿਲਮ ਮੇਕਰ ਐਸ ਐਸ ਰਾਜਾ ਮੌਲੀ ਇਹਨਾਂ ਦੀ ਜੋ ਲੇਟੈਸਟ ਪਿਕ ਆਈ ਸੀਗੀ ਟ੍ਰਿਪਲ ਆਰ ਰੀਸੈਂਟ ਇਹਨਾਂ ਦੀ ਇਹ ਪਿਕ ਆਈ ਹੈ ਟ੍ਰਿਪਲ ਆਰ ਉਹਦੇ ਵਿੱਚ ਇਹਨਾਂ ਨੂੰ ਐਸ ਐਸ ਰਾਜਮੋਲੀ ਨੂੰ ਨਿਊਯਾਰਕ ਦੇ ਵਿੱਚ ਜੋ ਫਿਲਮ ਕ੍ਰਿਟਿਕਸ ਸਰਕਲ ਹੈ ਉਹਨਾਂ ਦੇ ਵੱਲੋਂ ਬੈਸਟ ਡਾਇਰੈਕਟਰ ਦਾ ਅਵਾਰਡ ਹੈ ਜੋ ਟ੍ਰਿਪਲ ਆਰ ਮੂਵੀ ਦੇ ਡਾਇਰੈਕਟਰ ਨੇ ਜੋ ਫਿਲਮ ਮੇਕਰ ਐਸ ਐਸ ਰਾਜਮੋਲੀ ਉਹਨਾਂ ਨੂੰ ਦਿੱਤਾ ਗਿਆ ਹੈ ਬੈਸਟ ਡਾਇਰੈਕਟਰ ਅਵਾਰਡ ਫॉर ਟ੍ਰਿਪਲ ਆਰ ਮੂਵੀ ਦਾ ਨੇਮ ਹੈ ਜੀ ਇਹ ਤੇ ਦਿੱਤਾ ਕਿੰਨਾ ਕਿੱਥੇ ਗਿਆਗਾ ਨਿਊਯਾਰਕ ਫਿਲਮ ਕ੍ਰਿਟਿਕਸ ਸਰਕਲ ਸੋ ਇਹ ਪੁਆਇੰਟ ਨੇ ਜੋ ਆਪਣੇ ਯਾਦ ਕਰਨ ਵਾਲੇ ਨੇ ਕਰੰਟ ਦੇ ਲਈ ਨੈਕਸਟ ਆਪਾਂ ਗੱਲ ਕਰੀਏ ਜੀ ਜੋ ਪ੍ਰਾਲੀ ਦਾ ਜੋ ਸਮੱਸਿਆ ਚੱਲਦੀ ਸੀ ਉਹਨੂੰ ਮਾਨੀਟਰ ਕਰਨ ਦੇ ਲਈ ਇਸਰੋ ਨੇ ਕੁਝ ਪ੍ਰੋਟੋਕੋਲਸ ਤਿਆਰ ਕੀਤੇ ਹੋਏ ਸੀ ਇਸਰੋ ਜੋ ਹੈ ਤੁਹਾਡਾ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਉਹਦੇ ਵੱਲੋਂ ਕੁਝ ਮਾਨੀਟਰਿੰਗ ਪਾਲਿਸੀ ਚੱਲਦੀ ਹੁੰਦੀ ਸੀ ਕਹਿੰਦਾ ਭਾਵ ਸੈਟਲਾਈਟਸ ਦੇ ਜ਼ਰੀਏ ਜੋ ਹੈ ਉਹ ਨਿਗਰ ਰੱਖੀ ਜਾਂਦੀ ਸੀ ਕਿੱਥੇ-ਕਿੱਥੇ ਜੋ ਹੈ ਬਰਨਿੰਗ ਹੋ ਰਹੀ ਹੈ ਕਿੱਥੇ-ਕਿੱਥੇ ਅੱਗ ਲਗਾਈ ਜਾ ਰਹੀ ਹੈ ਉਹ ਅਰਥ ਦੇ ਉੱਪਰ ਜੋ ਸੈਟਲਾਈਟ ਛੱਡੇ ਹੁੰਦੇ ਨੇ ਉਹ ਰੀਅਲ ਟਾਈਮ ਮਾਨੀਟਰਿੰਗ ਇਨ देयर ਰੀਅਲ ਟਾਈਮ ਕੇ ਉਸੇ ਸਮੇਂ ਦੇ ਪਿਕ ਹੈ ਜੋ ਆਪਣੇ ਸਾਹਮਣੇ ਲਿਆ ਕੇ ਰੱਖਦੇ ਨੇ ਕਹਿੰਦ ਭਾਬਾ ਅੱਜ ਜੋ ਅੱਗ ਲੱਗੀ ਹੈ ਉਹਦੀਆਂ ਅੱਜ ਦੇ ਪਿਕਸ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ ਸੋ ਇਹ ਮਾਨੀਟਰਿੰਗ ਪਾਲਿਸੀ ਜੀ ਜੋ ਇਸਰੋ ਦੀ ਤੈਅ ਕੀਤੀ ਗਈ ਸੀਗੀ ਪੈਡੀ ਕ੍ਰੌਪ ਰੈਜ਼ਿਡਿਊ ਜਾਨੀ ਕਿ ਪ੍ਰਾਲੀ ਦੇ ਲਈ ਜੋ ਅੱਗ ਲਗਾਈ ਜਾ ਰਹੀ ਸੀ ਉਹਦੇ ਤਹਿਤ ਹੁਣ ਇਸ ਪਾਲਿਸੀ ਦੇ ਵਿੱਚ ਹੋਇਆ ਕੀ ਹੈ ਕਿ ਇਸ ਸਾਲ ਦੇ ਵਿੱਚ ਜੋ ਇਹਨੇ ਮਾਨੀਟਰ ਕੀਤਾ ਹੈ ਜੈਸ ਸਾਲ ਦੇ ਵਿੱਚ ਜੋ ਇਸ ਪਾਲਿਸੀ ਨੇ ਪਿਕਸ ਲਈਆਂ ਨੇ ਉਹਦੇ ਵਿੱਚ ਜੋ ਸਟਬਲ ਬਰਨਿੰਗ ਹੈ ਉਹ ਰਿਡਿਊਸ ਕਰਕੇ 31.5% ਜੋ ਇਸ ਸਾਲ ਉਹ ਰਿਡਿਊਸ ਹੋ ਚੁੱਕੀ ਹੈ ਕਹਿਣ ਦਾ ਭਾਵ ਅਗਰ ਪ੍ਰੀਵੀਅਸ ਸਾਲ ਉਹ 100% ਜਲਾਏ ਜਾ ਰਹੇ ਸੀ ਪਰਾਲੀ ਦੇ ਜੋ ਬਾਚ ਜਾਂਦੀ ਰਹਿੰਦ ਖੰਡ ਨੂੰ ਜਲਾਇਆ ਜਾਂਦਾ ਸੀ 100% ਸੀ ਤਾਂ ਕਹਿਣ ਦਾ ਭਾਵ ਇਸ ਵਾਰ ਉਹ 69.5% ਹੀ ਜੋ ਬਰਨਿੰਗ ਹੈ ਉਹ ਹੋਈ ਹੈ ਸੋ ਇਹ ਕਾਫੀ ਇੱਕ ਵੱਡਾ ਇੱਕ ਤੁਸੀਂ ਕਹਿ ਸਕਦੇ ਹੋ ਸਟੈਪ ਹੈ ਜੋ ਐਨੋ ਪੈਡਿਕਰੋਪ ਦੇ ਜੋ ਰੈਜ਼ਿਡਿਊ ਹੈ ਉਹਨੂੰ ਰੋਕਣ ਦੇ ਲਈ ਉਹਦੀ ਬਰਨਿੰਗ ਰੋਕਣ ਦੇ ਲਈ ਕਿ ਜੋ ਅ ਸੈਂਟਰ ਵੱਲੋਂ ਜਾਂ ਸਟੇਟਸ ਵੱਲੋਂ ਜੋ ਉਪਰਾਲੇ ਕੀਤੇ ਗਏ ਨੇ ਉਹਦੇ ਨਾਲ ਇਹ ਕਾਫੀ ਜ਼ਿਆਦਾ ਘਟ ਰਿਹਾ ਸੋ ਇਹਦੇ ਵਿੱਚ ਜੋ ਆਪਣੇ ਆਪਣੇ ਲਈ ਵੀ ਅੰਕੜੇ ਵੀ ਆ ਜਾਂਦੇ ਨੇ ਪੰਜਾਬ ਦੇ ਵਿੱਚ ਅਗਰ ਤੁਸੀਂ ਦੇਖੋਗੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਨੇ ਵਿੱਚ 29.99% ਅਤੇ ਹਰਿਆਣਾ ਦੇ ਵਿੱਚ 47.60% ਹੈ ਜੋ ਉਹ ਇਸ ਦਾ ਘਾਟਾ ਦੇਖਣ ਨੂੰ ਮਿਲਿਆ ਕਿ ਇੰਨੀ ਘੱਟ ਪਰਾਲੀ ਹੈ ਜੋ ਪ੍ਰੀਵੀਅਸ ਸਾਲਾਂ ਦੇ ਮੁਕਾਬਲੇ ਸਾੜੀ ਗਈ ਹੈਗੀ ਸੋ ਇੱਕ ਵੱਡਾ ਸਟੈਪ ਇਹ ਤੁਹਾਡਾ ਕਲੀਨ 에ਅਰ ਦੇ ਵੱਲ ਹੋ ਸਕਦਾ ਹੈਗਾ ਪ੍ਰੈਜ਼ੀਡੈਂਟ ਦ੍ਰੋਪਦੀ ਮੁਰਮੂ ਵੱਲੋਂ ਜੀ ਇੰਡੀਅਨ ਨੇਵੀ ਦੇ ਲਈ ਨਵੀਂ ਜੋ ਤੁਸੀਂ ਕਹਿ ਸਕਦੇ ਹੋ ਕਿ ਯੂਨੀਫਾਰਮ ਹੈ ਉਹਦਾ ਨਵਾਂ ਡਿਜ਼ਾਈਨ ਤੇ ਨਵਾਂ ਕਲਰ ਹੈ ਉਹ ਅਪਰੂਵ ਕੀਤਾ ਗਿਆ ਇੱਕ ਛੋਟੇ ਜਿਹੇ கரنٹ ਅਫੇਅਰ ਦੇ ਵਿੱਚ ਰਿਲੇਟਡ ਆ ਜਾਂਦੇ ਛੋਟੀ ਜਿਹੀ ਖਬਰ ਆਈ ਸੀ ਪ੍ਰੈਜ਼ੀਡੈਂਟ ਦ੍ਰੋਪਦੀ ਮੁਮੋ ਨੇ ਨੈਵੀ ਦੇ ਲਈ ਨਵੀਂ ਕਲਰ ਤੇ ਨਵਾਂ ਡਿਜ਼ਾਈਨ ਹੈ ਯੂਨੀਫਾਰਮ ਦਾ ਉਹ ਅਪਰੂਵ ਕਰ ਦਿੱਤਾ ਹੈ ਹੋਵੇਗਾ ਕਿ ਕਿਦਾਂ ਦਾ ਆਏਗਾ ਆਉਣ ਵਾਲੇ ਦਿਨਾਂ ਚ ਆਪਾਂ ਨੂੰ ਹੀ ਪਤਾ ਲੱਗ ਜਾਏਗਾ ਜੀ ਇੰਡੀਆ ਐਂਡ ਜਰਮਨੀ ਇਹਨਾਂ ਦੁਆਰਾ ਇੱਕ ਮੋਬਿਲਿਟੀ ਪਾਰਟਨਰਸ਼ਿਪ ਪੈਕਟ ਹੈ ਜੋ ਉਹ ਸਾਈਨ ਕੀਤਾ ਗਿਆ ਇਹਦੇ ਵਿੱਚ ਹੈ ਕਿ ਕਿ ਜੋ ਵੀ ਦੋਨਾਂ ਦੇਸ਼ਾਂ ਦੇ ਸਟੂਡੈਂਟ ਨੇ ਜੋ ਪੜ੍ਹਨਾ ਚਾਹੁੰਦੇ ਨੇ ਜਾਂ ਕੋਈ ਰਿਸਰਚ ਕਰਨਾ ਚਾਹੁੰਦੇ ਨੇ ਉਹ ਲੋਕ ਨੇ ਇੱਕ ਦੂਜੀ ਦੀ ਕੰਟਰੀ ਦੇ ਵਿੱਚ ਆਸਾਨੀ ਦੇ ਨਾਲ ਆ ਜਾ ਸਕਦੇ ਨੇ ਉਸ ਨੂੰ ਕਹਿੰਦੇ ਨੇ ਜੀ ਮੋਬਿਲਿਟੀ ਪਾਰਟਨਰਸ਼ਿਪ ਐਕਟ ਜੋ ਇੰਡੀਆ ਅਤੇ ਜਰਮਨੀ ਨੇ ਸਾਈਨ ਕੀਤਾ ਹੈ ਨੈਕਸਟਲੀ ਐਸਸੀ ਨੇ ਸੈਂਟਰ ਨੂੰ ਕਿਹਾ ਹੈ ਕਿ ਨੈਸ਼ਨਲ ਫੂਡ ਸਕਿਉਰਟੀ ਐਕਟ ਐਨ ਐਫ ਐਸ ਐਕਟ 2013 ਹੈ ਜੋ ਉਹਦੇ ਤਹਿਤ ਹਰ ਇੱਕ ਪਰਸਨ ਤੱਕ ਜੋ ਫੂਡ ਗ੍ਰੇਨ ਹੈ ਉਹ ਪਹੁੰਚਣਾ ਜ਼ਰੂਰੀ ਹੈ ਕਹਿੰਦਾ ਭਾਬ ਜੋ ਅਨਾਜ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਇਹ ਸੈਕਟ ਪ੍ਰੈਕਟ ਐਨ ਐਫ ਐਸ ਐਕਟ ਤਹਿਤ ਜੋ ਅਨਾਜ ਪ੍ਰੋਵਾਈਡ ਕਰਵਾਇਆ ਜਾਂਦਾ ਉਹ ਹਰ ਇੱਕ ਲਾਸਟ ਪਰਸਨ ਤੱਕ ਪਹੁੰਚਣਾ ਜ਼ਰੂਰੀ ਹੈ ਕਿਉਂਕਿ ਮੋਸਟ ਆਫ ਜੋ ਲੋਕ ਹੈ ਜਿੰਨਾਂ ਨੂੰ ਨੀਡ ਹੁੰਦੀ ਹੈ ਉਹਨਾਂ ਤੱਕ ਉਹ ਨਹੀਂ ਪਹੁੰਚਦਾ ਅਨਨੇਸੈਸਰੀ ਜੋ ਲੋਕ ਨੇ ਉਹ ਵਿੱਚੋਂ ਬਾਏ ਕਰ ਲੈਂਦੇ ਨੇ ਸੋ ਇਸੇ ਤਹਿਤ ਜੋ ਐਸ ਸੀ ਨੇ ਝਾੜ ਪਾਈਏ ਸੈਂਟਰ ਨੂੰ ਇਹਦੇ ਵਿੱਚ ਤੇ ਇਹਦੇ ਵੀ ਤਹਿਤ ਕੁਝ ਉਪਰਾਲੇ ਵੀ ਚੱਲ ਰਹੇ ਨੇ ਜਿਦੇ ਵਿੱਚ ਹੋ ਜਾਂਦਾ ਹੈ ਕਿ ਆਪਣੇ ਤੁਸੀਂ ਕਹਿ ਸਕਦੇ ਹੋ ਕਿ ਜੋ ਕਾਰਡ ਵਗੈਰਾ ਹੋਗੇ ਉਹਨਾਂ ਨੂੰ ਵੀ ਡਿਸਕਾਰਡ ਕੀਤਾ ਜਾ ਰਿਹਾ ਤੇ ਉਹਨਾਂ ਦੀ ਨਵੀਂ ਖੋਜ ਕੀਤੀ ਜਾ ਰਹੀ ਹੈ ਕਿ ਕਿਹੜੇ ਜ਼ਰੂਰੀ ਕੈਂਡੀਡੇਟਸ ਹੈ ਜਿਨ੍ਹਾਂ ਨੂੰ ਇਹ ਚਾਹੀਦੇ ਨੇ ਤੇ ਜਿਹੜੇ ਪਰਿਵਾਰਾਂ ਨੂੰ ਇਸ ਦੀ ਜ਼ਿਆਦਾ ਜ਼ਰੂਰਤ ਹੈ ਤੇ ਜੋ ਅਨਨੇਸੈਸਰੀ ਹੋਣਗੇ ਉਹਨਾਂ ਦੇ ਨਾਮ ਕੱਟੇ ਜਾ ਰਹੇ ਨੇ ਉਹਨਾਂ ਕਾਰਡਾਂ ਦੇ ਵਿੱਚੋਂ ਨੈਕਸਟ ਆਪਾਂ ਗੱਲ ਕਰੀਏ ਜੀ ਵਰਲਡ ਬੈਂਕ ਦੁਆਰਾ ਇੰਡੀਆ ਦੀ ਜੋ ਜੀਡੀਪੀ ਹੈ ਕਿ ਆਉਣ ਵਾਲੇ ਸਾਲਾਂ ਦੇ ਆਉਣ ਵਾਲੇ ਸੀਜ਼ਨ ਦੇ ਵਿੱਚ ਗ੍ਰੋਥ ਡੋਮੈਸਟਿਕ ਪ੍ਰੋਡਕਟ ਹੈ ਜੋ ਇੰਡੀਆ ਦਾ ਉਹ 6.5 ਇਹਨਾਂ ਨੇ ਪਹਿਲਾਂ ਕਿਹਾ ਸੀ ਤੇ ਉਸ ਨੂੰ ਹੁਣ ਵਧਾ ਕੇ 6.9% ਹੈ ਜੋ ਵਰਲਡ ਬੈਂਕ ਨੇ ਰਿਵਾਈਜ਼ ਕੀਤਾ ਹੈ ਕਿ ਇੰਡੀਆ ਦੀ ਜੋ ਜੀਡੀਪੀ ਹੈ ਉਹ ਇਸ ਦਰ ਤੇ ਗਰੋ ਕਰੇਗੀ ਸੋ ਇਸ ਤੋਂ ਬਾਅਦ ਉਹਨਾਂ ਨੇ ਜੋ ਫਾਈਨੈਂਸ਼ੀਅਲ ਇਅਰ 2024 ਦੀ ਫਿਜ਼ੀਕਲ ਇਕਨੋਮੀ ਹੈ ਉਹਦੇ ਲਈ ਵੀ 6.6 ਦੀ ਗ੍ਰੋਥ ਰੇਟ ਵਰਲਡ ਬੈਂਕ ਨੇ ਪ੍ਰੈਡिक्ट ਕੀਤੀ ਹੈ ਨੈਕਸਟ ਚਲੀਏ ਜੀ ਇੰਡੀਅਨ ਗਵਰਨਮੈਂਟ ਨੇ IDBI ਨੂੰ ਪ੍ਰਾਈਵੇਟਾਈਜ਼ ਕਰਨਾ ਸ਼ੁਰੂ ਕਰ ਦਿੱਤਾ ਹੈ IDBI ਬੈਂਕ ਹੈ ਜੋ ਉਸ ਨੂੰ ਪ੍ਰਾਈਵੇਟਾਈਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ 51% ਇਸ ਦੇ ਵਿੱਚ ਫੋਰਨ ਫੰਡਸ ਐਂਡ ਇਨਵੈਸਟਮੈਂਟ ਹੁਣ ਗਵਰਨਮੈਂਟ ਨੇ ਅਲਾਉ ਕਰ ਦਿੱਤੇ ਨੇ ਸੋ ਇਸ ਦਾ ਪ੍ਰਾਈਵੇਟਾਈਜ਼ੇਸ਼ਨ ਹੁਣ ਸ਼ੁਰੂ ਹੋ ਚੁੱਕਿਆ ਹੈ ਮੋਸਟ ਆਫ ਦਾ ਪਾਰਟ ਆ ਜੋ ਅ ਪ੍ਰਾਈਵੇਟ ਕੰਪਨੀਆਂਜ਼ ਹੋਲਡ ਕਰ ਸਕਦੀਆਂ ਨੇ ਵਾਲਮਾਰਟ ਅਤੇ ਫਲਿੱਪਕਾਰਟ ਅਗਰ ਤੁਹਾਨੂੰ ਨਹੀਂ ਪਤਾ ਜੋ ਫਲਿੱਪਕਾਰਟ ਹੈ ਉਸਦੇ ਕਾਫੀ ਜ਼ਿਆਦਾ ਸ਼ੇਅਰ ਹੈ ਵਾਲਮਾਰਟ ਨੇ ਖਰੀਦੇ ਹੋਏ ਨੇ ਇੱਕ ਵਾਲਮਾਰਟ ਦਾ ਇਹਦੇ ਵਿੱਚ ਕਾਫੀ ਜ਼ਿਆਦਾ ਹਿੱਸਾ ਜੋ ਪ੍ਰੀਵੀਅਸ ਸਾਲ ਦੇ ਵਿੱਚ ਡੀਲ ਹੋਈ ਸੀ ਉਸ ਦੇ ਤਹਿਤ ਹੁਣ ਇਹਨਾਂ ਨੇ ਪੈਕਟ ਕੀਤਾ ਐ ਐਨ ਐਸ ਆਈ ਸੀ ਜੋ ਕਿ ਹੈ ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਇਹਨਾਂ ਦੇ ਨਾਲ ਇੱਕ ਪੈਕਟ ਕੀਤਾ ਹੈ ਜਿਸ ਦੇ ਵਿੱਚੋਂ ਐਮ ਐਸ ਐਮ ای ਜਿਹਨੂੰ ਕਹਿੰਦੇ ਨੇ ਮਾਈਕਰੋ ਸਮਾਲ ਮੀਡੀਅਮ ਐਂਟਰਪ੍ਰਾਈਜ਼ ਇਹਦੇ ਜੋ ਕੁਝ ਆਪਣਾ ਕਹਿ ਸਕਦੇ ਆ ਕਿ ਕੈਪੈਸਿਟੀ ਬਿਲਡਿੰਗ ਹੈ ਇਸ ਏਰੀਆ ਦੀ ਉਹਨੂੰ ਵਧਾਏਗੀ ਤੇ ਇਹ ਜੋ ਛੋਟੇ-ਛੋਟੇ ਬਿਜ਼ਨਸ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਹੈਲਪ ਕਰੇਗੀ ਵਾਲਮਾਰਟ ਅਤੇ ਫਲਿੱਪਕਾਰਟ ਸਪੈਕਟ ਦੇ ਰਹੇ ਹਨ ਪਿਛਲੇ ਕੁਝ ਦਿਨਾਂ ਦੇ ਵਿੱਚ ਏਮਜ਼ ਜੋ ਦਿੱਲੀ ਦੇ ਵਿੱਚ ਹੈ ਹਸਪੀਟਲ ਐਂਡ ਇੰਸਟੀਟਿਊਟ ਉਹਦੇ ਸਰਵਰਜ਼ ਨੂੰ ਇੱਕ ਰੈਨਸਮਵੇਅਰ ਨੇ ਅਟੈਕ ਕੀਤਾ ਸੀ ਜਿਹਦੇ ਤਹਿਤ ਕਈ ਲੱਖ ਪੇਸ਼ੈਂਟ ਦਾ ਜੋ ਡਾਟਾ ਸੀ ਉਹਨਾਂ ਦੇ ਹੱਥ ਦੇ ਵਿੱਚ ਆ ਗਿਆ ਕਿ ਹੈਕ ਹੋ ਗਏ ਸੀ ਉਹਨਾਂ ਦੇ ਸਰਵਰ ਸਿੰਪਲ ਦੇ ਵਿੱਚ ਆਪਾਂ ਗੱਲ ਕਰੀਏ ਇਹ ਸਿਰੈਂਸਮਵੇਅਰ ਦੇ ਅਟੈਕ ਕਰਕੇ ਉਹ ਹੈਕ ਹੋ ਗਏ ਸੀ ਸੋ ਇਹਨਾਂ ਨੂੰ ਕਾਫੀ ਜ਼ਿਆਦਾ ਜਦੋਂ ਜਾਇਦ ਜੋ ਚੱਲਦੀ ਰਹੀ ਕਈ ਦਿਨ ਤੱਕ ਤੇ ਉਹ ਹਜੇ ਵੀ ਪ੍ਰੋਪਰਲੀ ਉਹਨਾਂ ਤੋਂ ਜੋ ਕੀ ਹੈ ਵਾਪਸ ਨਹੀਂ ਲੈ ਜੈ ਸਕੇ ਜੋ ਹੈਕਿੰਗ ਸੀ ਗਈ ਉਹ ਸੋ ਉਹਨੂੰ ਡਾਟੇ ਨੂੰ ਪੂਰੇ ਦੇ ਪੂਰੇ ਨੂੰ ਵਾਪਸ ਲੈਣ ਦੇ ਲਈ ਜਾਂ ਲੀਕ ਕਰਨ ਤੋਂ ਰੋਕਣ ਦੇ ਲਈ ਉਹਨਾਂ ਨੇ ਕਾਫੀ ਜ਼ਿਆਦਾ ਕੁਝ ਫਿਰੋਤੀ ਦੀ ਮੰਗ ਕੀਤੀ ਸੀ ਕਿ ਸਾਨੂੰ ਇੰਨੇ ਰੁਪਏ ਦਿਓ ਫਿਰ ਅਸੀਂ ਤੁਹਾਡਾ ਡਾਟਾ ਜੋ ਰਿਲੀਜ਼ ਕਰ ਦੇਵਾਂਗੇ ਤੁਹਾਨੂੰ ਵਾਪਸ ਦੇ ਦੇਵਾਂਗੇ ਤੁਹਾਡੇ ਸਰਵਰ ਤੁਹਾਡੇ ਕੋਲ ਆ ਜਾਣਗੇ ਨਹੀਂ ਅਸੀਂ ਡਾਟਾ ਜੋ ਤੁਹਾਡਾ ਉਹ ਚੁਰਾ ਲਵਾਂਗੇ ਸੋ ਇਸ ਤਰ੍ਹਾਂ ਦੇ ਜੋ ਏਮਜ਼ ਦਿੱਲੀ ਦੇ ਨਾਲ ਹੋਏ ਏਮਜ਼ ਦਿੱਲੀ ਦੇ ਸਰਵਰ ਹੈਕ ਹੋਏ ਉਸੇ ਤਰ੍ਹਾਂ ICMR ਦੇ ਸਰਵਰ ਨੇ ਉਹਨਾਂ ਨੂੰ ਵੀ ਹੈਕ ਕਰਨ ਦੇ ਲਈ ਅਟੈਂਪਟ ਕੀਤਾ ਗਿਆ ਕਾਫੀ ਜ਼ਿਆਦਾ ਉਹਦੇ ਉੱਪਰ ਅਟੈਂਪਟ ਹੋਏ ਤੇ ਡਾਟਾ ਨੂੰ ਡਿਸਟਰਪਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੋ ਇਹ ਕਹ ਜੀ ਜੋ ਕਰੰਟ ਅਫੇਅਰ ਹੈ ਮੇਨ ਬਣ ਜਾਂਦਾ ਹੈ ਦਿੱਲੀ ਦੇ ਜੋ AIMZ ਦਿੱਲੀ ਦੇ ਉਹਦੇ ਉੱਪਰ ਰੈਨਸਮਵੇਅਰ ਦਾ ਅਟੈਕ ਹੋਇਆ ਕਿਹੜੇ ਦਾ ਹੋਇਆ ਬੇਸਿਕਲੀ ਨਾਮ ਉਹਦਾ ਹਜੇ ਤੱਕ ਸਾਹਮਣੇ ਨਹੀਂ ਹੋਇਆ ਸੋ ਇਹ ਕਰੰਟ ਅਫੇਅਰ ਦੀ ਗੱਲ ਬਣ ਜਾਂਦੀ ਹੈ ਨੈਕਸਟ ਗਵਰਨਮੈਂਟ ਆਫ ਇੰਡੀਆ ਨੇ ਜੁਵਨਾਈਲ ਜਸਟਿਸ ਰੂਲਸ ਐਕਟ ਨੂੰ ਅਮੈਂਡ ਕਰ ਦਿੱਤਾ ਹੈ ਕਿ ਇਹਦੇ ਵਿੱਚ ਸੋਧ ਕੀਤੀ ਹੈ ਤੇ ਜੋ ਅਡਾਪਸ਼ਨ ਵਿੰਡੋ ਹੈ ਉਹਨੂੰ 5 ਤੋਂ 2 ਸਾਲ ਤੱਕ ਕਰ ਦਿੱਤਾ ਹੈ ਕਿ ਪਹਿਲਾਂ ਅਡਾਪਸ਼ਨ ਕਰਨ ਦੇ ਲਈ 5 ਸਾਲ ਤੱਕ ਨਿਗਰਾਨੀ ਰੱਖੀ ਜਾਂਦੀ ਹੁੰਦੀ ਸੀ 5 ਈਅਰਸ ਤੱਕ ਵੀ ਇਹ ਰੈਡੀ ਹੈ ਜੇ ਅਡਾਪਸ਼ਨ ਦੇਣ ਲਈ ਹੁਣ ਸਿਰਫ 2 ਸਾਲ ਦੀ ਉਹ ਘਟਾ ਕੇ ਇਹਨਾਂ ਨੇ ਕਰ ਦਿੱਤੀ ਹੈ ਜਦੋਂ ਵੀ ਕਿਸੇ ਨੇ ਕੋਈ ਗੋਦ ਲੈਣਾ ਹੈ ਬੱਚਾ RBI ਨੇ ਜੀ ਰੈਪੋ ਰੇਟ ਦੇ ਵਿੱਚ ਵਾਧਾ ਕੀਤਾ ਤੇ ਇੰਡੀਆ ਦੀ ਜੋ ਗਰੋਥ ਪ੍ਰੋਜੈਕਸ਼ਨ ਹੈ ਉਹਨੂੰ 7 ਤੋਂ ਘਟਾ ਕੇ 6.8% ਦੇ ਵਿੱਚ ਇਹਨਾਂ ਨੇ ਜੋ ਹੈ ਫੋਰਕਾਸਟ ਕੀਤਾ ਹੈ ਜਾਂ ਪ੍ਰੈਡਿਕਟ ਕੀਤਾ ਹੈ ਸੋ ਰੈਸੈਸ਼ਨ ਦਾ ਜੋ ਇੱਕ ਕਨਸੈਪਟ ਸੀ ਉਹ ਸਹੀ ਹੁੰਦਾ ਲੱਗ ਰਿਹਾ ਹੈ ਕਿ ਰੈਸੈਸ਼ਨ ਹੋ ਸਕਦੀ ਹੈ ਚਾਈਨਾ ਦੀ ਸਪਾਈ ਸ਼ਿਪ ਹੈ ਜਿਸ ਦਾ ਨਾਮ ਹੈ ਯੁਆੰਗ ਵਾਂਗ 5 ਯੁਆਨ ਵਾਂਗ 5 ਚਾਈਨਾ ਦੀ ਸਪਾਈ ਸ਼ਿਪ ਹੈ ਇਹ ਪਹਿਲਾਂ ਵੀ ਇੰਡੀਅਨ ਓਸ਼ੀਅਨ ਦੇ ਵਿੱਚ ਕੋਲੰਬੋ ਦੇ ਵਿੱਚ ਇਹ ਡੌਕ ਹੋਈ ਸੀ ਸ਼੍ਰੀਲੰਕਾ ਕੋਲੰਬੋ ਦੇ ਵਿੱਚ ਉਸ ਦੀ ਬੰਦਰਗਾਹ ਤੇ ਆ ਕੇ ਰੁਕੀ ਸੀ ਤੇ ਹੁਣ ਫਿਰ ਤੋਂ ਇਹ ਇੰਡੀਅਨ ਓਸ਼ੀਅਨ ਦੇ ਵਿੱਚ ਦੇਖੀ ਗਈ ਹੈ ਕਿ ਇਹ ਦੁਆਰਾ ਇੰਡੀਅਨ ਓਸ਼ੀਅਨ ਦੇ ਵਿੱਚ ਐਂਟਰ ਕਰਨ ਵਾਲੀ ਹੈ ਇਹ ਸਪਾਈ ਸ਼ਿਪ ਹੈ ਕਿ ਇਹ ਬੇਸਿਕਲੀ ਇਸ ਤਰ੍ਹਾਂ ਦੀ ਸ਼ਿਪ ਡਿਜ਼ਾਈਨ ਕੀਤੀ ਗਈ ਹੈ ਕਿ ਕੋਈ ਵੀ ਚੀਜ਼ ਹੈ ਜੋ ਲਾਂਚ ਹੁੰਦੀ ਹੈ ਏਰੀਅਲ ਹੁੰਦੀ ਹੈ ਉਹ ਤਾਂ ਉਹਨੂੰ ਟਰੈਕ ਕਰਨ ਦੇ ਲਈ ਇਹ ਸ਼ਿਪ ਬੇਸਿਕਲੀ ਬਣਾਈ ਗਈ ਹੈ ਸੋ ਚਾਈਨਸ ਦੀ ਇਹ ਮਿਸਾਈਲ ਟਰੈਕ ਕਰਨ ਵਾਲੀ ਸ਼ਿਪ ਹੈ ਯੂਆਂ ਵਾਂਗ 5 ਸੋ ਦੁਆਰਾ ਤੋਂ ਇੰਡੀਅਨ ਓਸ਼ੀਅਨ ਦੇ ਵਿੱਚ ਕਿਉਂ ਆਈ ਕਿਉਂਕਿ ਇੰਡੀਆ ਨੇ ਜੋ ਕਿਹਾ ਜਾ ਰਿਹਾ ਹੈ ਕਿ ਇੰਡੀਆ ਨੇ ਜੋ ਆਪਣੇ ਅਗਨੀ 5 ਸੀਰੀਜ਼ ਦੀ ਮਿਸਾਈਲ ਨੇ ਉਹਨਾਂ ਦੀ ਟੈਸਟ ਫਾਇਰਿੰਗ ਕਰਨੀ ਸੀ ਸੋ ਉਹਨਾਂ ਨੂੰ ਟਰੈਕ ਕਰਨ ਦੇ ਲਈ ਉਹਨਾਂ ਨੂੰ ਚੈੱਕ ਕਰਨ ਦੇ ਲਈ ਚਾਈਨਾ ਨੇ ਮਿਸਾਈਲ ਦੁਆਰਾ ਇੰਡੀਅਨ ਓਸ਼ੀਅਨ ਦੇ ਵਿੱਚ ਭੇਜੀ ਹੈ ਤਾਂ ਕਿ ਉਹ ਦੇਖ ਸਕਣ ਕਿ ਅਗਨੀ 5 ਹੈ ਜੋ ਉਹ ਕਿੰਨੀ ਕੁ ਕਪੈਸਿਟੀ ਇੰਡੀਆ ਦੀ ਮਿਸਾਈਲ ਹੁਣ ਰੱਖਦੀ ਹੈ ਜੋ ਟੈਸਟ ਫਾਇਰ ਹੁੰਦੀ ਸੀ ਸੋ ਬੇਸਿਕਲੀ ਇੰਡੀਆ ਨੂੰ ਪਹਿਲਾਂ ਹੀ ਪਤਾ ਲੱਗ ਚੁੱਕਿਆ ਹੈ ਕਿ ਇਹ ਜੋ ਮਿਸਾਈਲ ਟਰੈਕਿੰਗ ਸਪਾਈ ਸ਼ਿਪ ਹੈ ਉਹ ਆ ਚੁੱਕੀ ਹੈ ਸੋ ਮੇਬੀ ਅਨਦਰ ਡਿਲੇ ਹੋ ਜਾਵੇਗਾ ਪਿਟੈਕਸ ਦੀ ਗੱਲ ਕਰੀਏ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ ਅੰਮ੍ਰਿਤਸਰ ਦੇ ਵਿੱਚ ਹੋ ਰਿਹਾ ਜੀ ਜੋ ਕਿ 8 ਦਸੰਬਰ ਤੋਂ ਲੈ ਕੇ 12 ਦਸੰਬਰ ਤੱਕ ਚੱਲਿਆ ਤੇ ਇਹਦੇ ਵਿੱਚ ਟੋਟਲ 450 ਐਕਸੀਬਿਟਰ ਨੇ ਜਿਹੜੇ ਅਕ੍ਰੋਸ ਦਾ ਗਲੋਬ ਉਹਨਾਂ ਨੇ ਪਾਰਟਿਸਿਪੇਟ ਕੀਤਾ ਸਾਰੇ ਦੁਨੀਆ ਦੇ ਉੱਪਰ ਦੇ ਆਲੇ-ਦਾਲਿਓ ਇਹ ਪਾਰਟਿਸਿਪੇਟ ਕਰਨ ਦੇ ਲਈ ਆਇਆ ਇਸ ਦਾ ਨਾਮ ਕੀ ਹੈ ਜੀ ਪਿਟੈਕਸ ਫੁੱਲ ਫਾਰਮ ਕੀ ਹੈ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ ਹੋਇਆ ਕਿੱਥੇ ਇਸ ਸਾਲ ਦਾ ਅੰਮ੍ਰਿਤਸਰ ਦੇ ਵਿੱਚ ਇਹ ਇੰਪੋਰਟੈਂਟ ਆਪਣੇ ਲਈ ਨੈਕਸਟ ਯੂਨিয়ন ਮਿਨਿਸਟਰ ਨੇ ਕਿਹਾ ਕਿ ਯੂਨਾਈਟਿਡ ਨੇਸ਼ਨ ਡਵੈਲਪਮੈਂਟ ਪ੍ਰੋਗਰਾਮ ਦੀ ਰਿਪੋਰਟ ਹੁੰਦੀ ਹੈ ਹਿਊਮਨ ਡਵੈਲਪਮੈਂਟ ਰਿਪੋਰਟ 2020 ਉਹਦੇ ਅਕੋਰਡਿੰਗ ਇੰਡੀਆ ਨੇ 21.2% ਹੈ ਜੋ ਸਕਿਲਡ ਲੇਬਰ ਉਹ ਆਪਣੀ ਜੋ ਇਹ ਇੱਕ ਪ੍ਰਮਾਣ ਉਹ ਹਾਸਲ ਕਰ ਲਿਆ ਜਾਂ ਇੱਕ ਟਾਰਗੇਟ ਪੂਰਾ ਕਰ ਲਿਆ ਕਿ ਹੁਣ ਇੰਡੀਆ ਦੇ ਵਿੱਚ 21.2% ਹੈ ਜੋ ਸਕਿਲਡ ਲੇਬਰ ਪਾਈ ਜਾਂਦੀ ਹੈ ਇਥੇ ਆਪਣੇ ਲਈ ਕੰਮ ਦੀ ਗੱਲ ਕੀ ਹੈ ਕਿ UNDP ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ ਇਹ ਕਿਹੜੀ ਰਿਪੋਰਟ ਪਬਲਿਸ਼ ਕਰਦਾ ਹੈ ਹਿਊਮਨ ਡਿਵੈਲਪਮੈਂਟ ਰਿਪੋਰਟ ਇਸ ਨੂੰ ਪਬਲਿਸ਼ ਕਰਦਾ ਹੈ ਯੂ ਐਨ ਡੀ ਪੀ ਇਹ ਆਪਣੇ ਪੜਨ ਵਾਲੀ ਗੱਲ ਹੈ ਇੱਥੇ ਨੈਕਸਟ ਗੱਲ ਕਰੀਏ ਜੀ ਗਵਰਨਮੈਂਟ ਨੇ 10 ਨਵੇਂ ਹੋਰ ਨਿਊਕਲੀਅਰ ਰੀਐਕਟਰ ਨੇ ਜੋ ਉਹ ਪਾਸ ਕੀਤੇ ਨੇਗੇ 10 ਹੋਰ ਨਵੇਂ ਨਿਊਕਲੀਅਰ ਰੀਐਕਟਰ ਨੇ ਉਹ ਲਗਾਏ ਜਾਣਗੇ ਕਿਸ ਕਿੰਨੀ ਵਾਟ ਦੇ ਹੋਣਗੇ 700 ਮੈਗਾਵਾਟ ਦਾ ਇੱਕ ਰਿਐਕਟਰ ਹੋਏਗਾ ਕਿਸ ਤਰ੍ਹਾਂ ਦੇ ਰਿਐਕਟਰ ਇਹਦੇ ਵਿੱਚ ਵਰਤੇ ਜਾਣਗੇ ਜੀ ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰਸ ਇਹਨਾਂ ਦੇ ਵਿੱਚ ਯੂਜ਼ ਕੀਤੇ ਜਾਣਗੇ ਤੇ ਬੇਸਿਕਲੀ ਫਰੰਟ ਦੇ ਵਰਡ ਆ ਰਹੇ ਇੰਡੀਜਨੀਅਸ ਇੰਡੀਆ ਦੇ ਵਿੱਚ ਤਿਆਰ ਕੀਤੇ ਗਏ 700 ਮੈਗਾਵਾਟ ਦੇ ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰਸ ਇਹਦੇ ਵਿੱਚ ਵਰਤੇ ਜਾਣਗੇ ਸੋ 10 ਹੋਰ ਨਵੇਂ ਨਿਊਕਲੀਅਰ ਰਿਐਕਟਰ ਨੇ ਜੋ ਜਾਂ ਨਿਊਕਲੀਅਰ ਪਾਵਰ ਪਲਾਂਟਸ ਨੇ ਉਹ ਇੰਡੀਆ ਦੇ ਵਿੱਚ ਆਉਣ ਵਾਲੇ ਨੇਗੇ ਫਾਈਨਾਂਸ ਮਿਨਿਸਟਰ ਨੇ ਜੋ ਆਪਣੇ ਨਿਰਮਲਾ ਸਿਥਾਰਮਨ ਉਹਨਾਂ ਦਾ ਇੱਕ ਵਾਰ ਫਿਰ ਤੋਂ ਫੋਰਬਸ ਲਿਸਟ ਆਫ ਮੋਸਟ 100 ਮੋਸਟ ਪਾਵਰਫੁਲ ਔਮਨ ਦੇ ਵਿੱਚ ਨਾਮ ਆ ਚੁੱਕਾ ਹੈ ਲਗਾਤਾਰ ਉਹ ਇਸ ਸਮੇਂ ਤੀਜੀ ਵਾਰ ਇਸ ਲਿਸਟ ਦੇ ਵਿੱਚ ਆਪਣਾ ਨਾਮ ਬਣਾ ਚੁੱਕੇ ਨੇ ਫਾਈਨਾਂਸ ਮਿਨਿਸਟਰ ਆਪਣੇ ਨਿਰਮਲਾ ਸਿਥਾਰਮਨ ਇੱਕ ਵਾਰ ਫਿਰ ਤੋਂ ਫੋਰਬਸ ਦੀ ਜੋ ਟਾਪ 100 100 ਪਾਵਰਫੁਲ ਔਮਨ ਨੇਗੀਆਂ ਉਹਨਾਂ ਦੇ ਵਿੱਚ ਆਪਣਾ ਨਾਮ ਬਣਾ ਚੁੱਕੇ ਨੇਗੇ ਕਰੰਟ ਅਫੇਅਰ ਕੁਇਕ ਬਾਈਟਸ ਦੇ ਲਈ ਇੰਪੋਰਟੈਂਟ ਹੈ ਬਿਕੋਜ਼ ਇਦਾਂ ਦੇ ਕੁਐਸਚਨ ਹੈ ਜੋ ਐਸਐਸਸੀ ਹੋ ਗਿਆ ਬੈਂਕਿੰਗ ਹੋ ਗਿਆ ਉਹਨਾਂ ਦੇ ਵਿੱਚ ਕੁਐਸਚਨ ਆ ਜਾਂਦਾ ਹੁੰਦਾ ਇਸ ਤਰ੍ਹਾਂ ਦੇ ਰਿਲੇਟਡ ਅਰुण कुमार ਸਿੰਘ ਨੇ ਜੀ ਉਹਨਾਂ ਨੂੰ ONGC ਦਾ ਚੇਅਰਮੈਨ ਅਪੁਆਇੰਟ ਕੀਤਾ ਗਿਆ ਅਗਲੇ 3 ਸਾਲਾਂ ਦੇ ਲਈ ਅਰुण कुमार ਸਿੰਘ ਇੰਡੀਆ ਜੋ ਨੈਕਸਟ ਪ੍ਰਵਾਸੀ ਭਾਰਤੀ ਦਿਵਸ ਹੈ ਉਹ ਇੰਦੌਰ ਦੇ ਵਿੱਚ ਹੋਲਡ ਕਰੇਗਾ 2023 ਦੇ ਵਿੱਚ 8 ਤੋਂ ਲੈ ਕੇ 10 ਜਨਵਰੀ ਤੱਕ ਚੱਲੇਗਾ 17ਵਾਂ ਪ੍ਰਵਾਸੀ ਭਾਰਤੀ ਦਿਵਸ ਇੰਦੌਰ ਦੇ ਵਿੱਚ ਹੋਏਗਾ ਜੀ ਰਚਨਾ ਸਿੰਘ ਜੋ ਪੰਜਾਬ ਤੋਂ ਬਿਲੋਂਗ ਕਰਦੇ ਨੇ ਪਹਿਲੇ ਸਾਊਥ ਏਸ਼ੀਅਨ ਔਮਨ ਬਣ ਚੁੱਕੇ ਨੇ ਐਜੂਕੇਸ਼ਨ ਮਿਨਿਸਟਰ ਬਣ ਚੁੱਕੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਾਟ ਓਨਲੀ ਇੰਡੀਅਨ ਬਟ ਆਲਸੋ ਫਰਸਟ ਸਾਊਥ ਏਸ਼ੀਅਨ ਔਮਨ ਐਜੂਕੇਸ਼ਨ ਮਿਨਿਸਟਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਹਿਲੀ ਸਿੱਖਿਆ ਮੰਤਰੀ ਹੈ ਜੋ ਦੱਖਣੀ ਏਸ਼ੀਆ ਦੀ ਨਾਟ ਓਨਲੀ ਇੰਡੀਅਨ ਇੰਡੀਆ ਦੀ ਤਾਂ ਹੈ ਹੀ ਬਟ ਦੱਖਣੀ ਏਸ਼ੀਆ ਦੀ ਵੀ ਪਹਿਲੀ ਸਿੱਖਿਆ ਮੰਤਰੀ ਜੋ ਰਚਨਾ ਸਿੰਘ ਉਹ ਬਣ ਚੁੱਕੀ ਹੈ ਜੀ ਨੈਕਸਟ ਗੱਲ ਕਰੀਏ ਤਾਂ ਕਹਿੰਦੇ ਫੋਰੈਸਟਰ ਕੇਅਰ ਸਕੀਮ ਹੈ ਉਹਦੇ ਰਾਹੀਂ 824 ਕਿਡਸ ਨੇ ਜਿਹੜੇ ਉਹਨਾਂ ਨੂੰ ਫਾਈਨੈਂਸ਼ੀਅਲ ਐਡ ਪੰਜਾਬ ਦੇ ਵਿੱਚ ਪ੍ਰਾਪਤ ਹੋਈ ਹੈ ਹੁਣ ਤੁਸੀਂ ਇਹਦੇ ਰਿਲੇਟਡ ਜੋ ਸਰਚ ਕਰਨਾ ਹੈ ਕਿ ਫੋਰੈਸਟਰ ਕੇਅਰ ਸਕੀਮ ਕੀ ਹੈ ਸੈਂਟਰ ਦੀ ਸਕੀਮ ਹੈ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਕੰਮ ਕਰਦੀ ਹੈ ਜਾਂ ਪੰਜਾਬ ਦੀ ਸਕੀਮ ਹੈ ਇਸ ਚੀਜ਼ ਨੂੰ ਤੁਸੀਂ ਰੀਡ ਆਊਟ ਕਰਨਾ ਹੈ ਜੀ ਤੁਹਾਡੇ ਲਈ ਵਰਕ ਹੈ ਇਹ ਨੈਕਸਟ ਵੀ ਵਰਲਡ ਲੈਵਲ ਦੀ ਆਪਾਂ ਕੁਝ ਕਰੰਟ ਅਫੇਅਰਸ ਦੇ ਉੱਪਰ ਨਿਗਾਹ ਮਾਰੀਏ ਈਰਾਨ ਦੇ ਵਿੱਚ ਜੋ ਮੋਰੈਲਟੀ ਪਾਲਿਸੀ ਉਹਨੂੰ ਡਿਸਬੈਂਡ ਕਰ ਦਿੱਤਾ ਗਿਆ ਹੋ ਕੀ ਰਹਿ ਈਰਾਨ ਦੇ ਵਿੱਚ ਬੇਸਿਕਲੀ ਈਰਾਨ ਦੇ ਵਿੱਚ ਕਾਫੀ ਜ਼ਿਆਦਾ ਵੱਡਾ ਪ੍ਰੋਟੈਸਟ ਚੱਲ ਰਿਹਾ ਹੈ ਇਹਦੇ ਵਿੱਚ ਕੀ ਸੀ ਮੋਰੈਲਟੀ ਪਾਲਿਸੀ ਹੈ ਇਹਨਾਂ ਦੀ ਮੋਰੈਲਟੀ ਪਾਲਿਸੀ ਕੀ ਹੈ ਕਿ ਉਹ ਤੁਹਾਡਾ ਚਾਲ ਚੱਲਣ ਕਿਦਾਂ ਦਾ ਹੈਗਾ ਕਿ ਤੁਸੀਂ ਜੋ ਦੱਸੇ ਗਏ ਤਰੀਕੇ ਨੇ ਉਹਨਾਂ ਦੇ ਅਕੋਰਡਿੰਗ ਰਨ ਕਰ ਰਹੇ ਹੋ ਇੱਕ ਮੁਸਲਿਮ ਕੰਟਰੀ ਹੈ ਈਰਾਨ ਸੋ ਉਹ ਕਾਫੀ ਜ਼ਿਆਦਾ ਰਿਜਿਡਿਟੀ ਦੇ ਨਾਲ ਚੱਲ ਰਹੇ ਨੇ ਲਾਈਕ ਔਰਤਾਂ ਵਗੈਰਾ ਨੂੰ ਬੁਰਕਾ ਪਹਿਨਣਾ ਜ਼ਰੂਰੀ ਹੈ ਤੇ ਕੁਝ ਬੰਦਿਸ਼ਾਂ ਨੇ ਉਹਨਾਂ ਦੇ ਰਹਿਤ ਰਹਿਤ ਦੇ ਵਿੱਚ ਚੱਲਣਾ ਜ਼ਰੂਰੀ ਹੈ ਸੋ ਇਰਾਕਨ ਦੇ ਵਿੱਚ ਇਹ ਜੋ ਮੋਰੈਲਟੀ ਪੁਲਿਸ ਆ ਉਹ ਇਸ ਚੀਜ਼ ਦਾ ਧਿਆਨ ਰੱਖਦੀ ਹੈ ਕਿ ਸਾਰੇ ਉਸ ਰੂਲਾਂ ਦੇ ਤਹਿਤ ਚੱਲ ਰਹੇ ਨੇਗੇ ਸੋ ਇੱਥੇ ਇੱਕ ਯੰਗ ਲੇਡੀ ਸੀ ਕੁੜੀ ਸੀ ਤੇ ਉਹਨੂੰ ਉਸ ਜੋ ਰੂਲਜ਼ ਨੇ ਉਹਨਾਂ ਨੂੰ ਲਾਈਕ ਬੁਰਕਾ ਵਗੈਰਾ ਪਹਿਨ ਦਾ ਆਈ ਥਿੰਕ ਮਸਲਾ ਸੀ ਉਹਨੂੰ ਨਾ ਮੰਨਣ ਤੇ ਉਹ ਮੋਰੈਲਟੀ ਪੁਲਿਸ ਨੇ ਗ੍ਰਫਤਾਰ ਕਰ ਲਿਆ ਸੀ ਤੇ ਉਹਨਾਂ ਦੀ ਕਸਟਡੀ ਦੇ ਵਿੱਚ ਉਸ ਕੁੜੀ ਦੀ 3 ਦਿਨਾਂ ਦੇ ਵਿੱਚ ਡੈਥ ਹੋ ਗਈ। ਸੋ ਇਸ ਦਿਨ ਬਹੁਤ ਵੱਡਾ ਪ੍ਰੋਟੈਸਟ ਹੈ ਜੋ ਈਰਾਨ ਦੇ ਵਿੱਚ ਚੱਲਿਆ ਜਿਹਦੇ ਵਿੱਚ ਮੇਲਜ਼ ਹੋਗੇ ਫੀਮੇਲਜ਼ ਹੋਗੇ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ। ਲਾਈਕ ਤੁਸੀਂ ਕਹਿ ਸਕਦੇ ਹੋ ਕਿ ਨੈਸ਼ਨਲ ਲੈਵਲ ਦਾ ਇਹ ਪ੍ਰੋਟੈਸਟ ਬਣ ਚੁੱਕਿਆ ਹੈ ਪੂਰੇ ਦੇ ਪੂਰੇ ਈਰਾਨ ਦੇ ਵਿੱਚ। ਸੋ ਇਸੇ ਦੇ ਚੱਲਦੇ ਹੋਏ ਈਰਾਨ ਦੀ ਜੋ ਮੋਰੈਲਿਟੀ ਪੁਲਿਸ ਸੀ ਉਹਨੇ ਉਹਨੂੰ ਖਾਰਜ ਕਰ ਦਿੱਤਾ ਉਸ ਪੁਲਿਸ ਨੂੰ ਖਤਮ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇਹਨਾਂ ਦੇ ਵਿੱਚ ਜੋ ਵੀ ਪ੍ਰੋਟੈਸਟੈਂਸ ਨੇ ਉਹਨਾਂ ਨੂੰ ਇਹ ਫਾਂਸੀ ਵਗੈਰਾ ਵੀ ਦੇ ਰਹੇ ਨੇ ਕਿ ਸਜ਼ਾ ਵਗੈਰਾ ਵੀ ਦੇ ਰਹੇ ਨੇ ਬਟ ਹਜੇ ਵੀ ਪ੍ਰੋਟੈਸਟ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਨੈਕਸਟ ਗੱਲ ਕਰੀਏ ਚਾਈਨਾ ਇਨ ਆਪਣਾ ਸਾਊਥ ਚਾਈਨਾ ਸੀ ਦੇ ਉੱਪਰ ਅਧਿਕਾਰ ਜਮਾਉਣ ਦੇ ਲਈ ਕੰਬੋਡੀਆ ਦੇ ਵਿੱਚ ਇੱਕ ਹੋਰ ਮਿਲਟਰੀ ਬਲੇ ਮੇ ਬੇਸ ਹੈ ਜੋ ਉਹਨੂੰ ਬਣਾਉਣ ਦੀ ਝਾਕ ਦੇ ਵਿੱਚ ਹੈ ਕਿ ਇੰਡੋ ਪੈਸੀਫਿਕ ਡਿਸਪਿਊਟ ਜੋ ਚੱਲ ਰਿਹਾ ਸਾਊਥ ਚਾਈਨਾ ਸੀ ਦਾ ਉੱਥੇ ਆਪਣੀ ਤਾਕਤ ਜਮਾਈ ਚੱਲੇ ਸੋ ਮਿਲਟਰੀ ਬੇਸ ਹੈ ਜੋ ਕੰਬੇਡੀਆ ਦੇ ਵਿੱਚ ਉਹਦੇ ਉਹ ਇੱਕ ਹੋਰ ਕ੍ਰੀਏਟ ਕਰਨ ਦੀ ਜੋ ਝਾਕ ਦੇ ਵਿੱਚ ਐਨਾ ਹੈ ਚਾਈਨੈਸ ਸਪੇਸਸ਼ਿਪ ਰਿਟਰਨ ਹੋਏ ਹੀ ਸ਼ੈਨਜੂ 14 ਜਿਹਦੇ ਵਿੱਚ ਤਿੰਨ ਐਸਟ੍ਰੋਨੌਟਸ ਨੇਗੇ ਸਪੇਸ ਸਟੇਸ਼ਨ ਦੇ ਉੱਪਰ ਉਹ 6 ਮਹੀਨੇ ਤੱਕ ਰਹੇ ਤੇ ਉਹ ਵਾਪਸ ਆਏਗੇ ਸਪੇਸਸ਼ਿਪ ਸ਼ੈਨਜੂ 14 ਡੋਮਨਿਕ ਲੈਪੇਰ ਜੋ ਕਿ ਫ੍ਰੈਂਚ ਆਥਰ ਨੇ ਫ੍ਰਾਂਸ ਦੇ ਆਥਰ ਨੇਗੇ ਲੇਖਕ ਨੇ ਇਹਨਾਂ ਨੇ ਇੰਡੀਆ ਦੇ ਬਾਰੇ ਬਹੁਤ ਲਿਖਿਆ ਇਨਾਂ ਦੀ ਮੋਸਟ ਫੇਮਸ ਬੁੱਕ ਸੀਗੀ ਫਰੀडम ਐਟ ਮਿਡਨਾਈਟ ਜੋ ਕਿ ਇੰਡੀਆ ਦੇ ਬਾਰੇ ਹੀ ਸੀ ਉਹ ਇਦਾਂ ਦੇ ਰਾਈਟਰ ਸੀਗੇ ਇੰਡੀਆ ਬਾਰੇ ਲਿਖਣ ਵਾਲੇ ਇਹਨਾਂ ਦੀ ਡੈਥ ਹੋ ਚੁੱਕੀ ਹੈ 91 ਸਾਲ ਦੀ ਉਮਰ ਦੇ ਵਿੱਚ ਇੰਡੋਨੇਸ਼ੀਆ ਨੇ ਜੀ ਸੈਕਸ ਆਊਟਸਾਈਡ ਮੈਰਿਜ ਨੂੰ ਕ੍ਰਿਮੀਨਲਾਈਜ਼ ਕਰ ਦਿੱਤਾ ਹੈ ਕਿ ਕਹਿਣ ਦਾ ਭਾਵ ਹੈ ਕਿ ਅਗਰ ਤੁਸੀਂ ਮੈਰਿਜ ਤੋਂ ਬਿਨਾ ਕਿਸੇ ਨਾਲ ਸੰਬੰਧ ਬਣਾਉਣੇ ਹੋ ਸਰੀਰਕ ਸੰਬੰਧ ਬਣਾਉਣੇ ਹੋ ਜਾਂ ਮੈਰਿਜ ਹੋਣ ਤੋਂ ਬਾਅਦ ਕਿਸੇ ਨਾਲ ਸਰੀਰਕ ਸੰਬੰਧਾਂ ਦੇ ਵਿੱਚ ਆਉਣੇ ਹੋ ਤਾਂ ਉਹਨੂੰ ਕ੍ਰਿਮੀਨਲਾਈਜ਼ ਕਰ ਦਿੱਤਾ ਹੈ ਕਹਿਣ ਦਾ ਭਾਵ ਕਿ ਉਹਨੂੰ ਇਨਸਾਨ ਨੂੰ ਸਜ਼ਾ ਹੋਏਗੀ ਕਾਨੂੰਨੀ ਤੌਰ ਤੇ ਅਗਰ ਕੋਈ ਇਦਾਂ ਦਾ ਇਨਸਾਨ ਪਾਇਆ ਜਾਂਦਾਗਾ ਪਹਿਲਾਂ ਇਹ ਟੂਰਿਸਟ ਦੇ ਉੱਪਰ ਇਹਦਾ ਸਵਾਲ ਸੀ ਕਿ ਟੂਰਿਸਟਾਂ ਦੇ ਉੱਪਰ ਵੀ ਇਹ ਲਾਗੂ ਹੋਏਗਾ ਬਟ ਰੀਸੈਂਟ ਜੋ ਕਲੈਰੀਫਿਕੇਸ਼ਨ ਆਈ ਹੈ ਇਹ ਦੇ ਵਿੱਚ ਟੂਰਿਸਟਾਂ ਦੇ ਉੱਪਰ ਜੋ ਵੀ ਇੰਡੋਨੇਸ਼ੀਆ ਦੇ ਵਿੱਚ ਜਾਣਗੇ ਉਹਨਾਂ ਦੇ ਵਿੱਚ ਇਹ ਨਹੀਂ ਲੱਗ ਹੋ ਰਿਹਾ ਉਹਨਾਂ ਦੇ ਨੇਟਿਵਸ ਦੇ ਉੱਪਰ ਲੱਗ ਹੋਏਗਾ ਯੂਕਰੇਨੀਅਨ ਪ੍ਰੈਜ਼ੀਡੈਂਟ ਨੇ ਜੋ ਵਲਾਦੀਮੀਰ ਜ਼ੇਲੈਂਸਕੀ ਉਹਨਾਂ ਨੂੰ ਟਾਈਮਜ਼ ਪਰਸਨ ਆਫ ਦਾ ਈਅਰ 2022 ਦੇ ਨਾਲ ਸਨਮਾਨਿਤ ਕੀਤਾ ਗਿਆ ਜੀ ਟਾਈਮਜ਼ ਪਰਸਨ ਆਫ ਦਾ ਈਅਰ 2022 ਯੂਕਰੇਨੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਜ਼ੇਲੈਂਸਕੀ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ ਪਬਲਿਸ਼ ਕੀਤਾ ਇਸ ਵਾਰ ਦਾ ਜੋ ਗੋਬਲਿਨ ਮੋਡ ਨਾਮ ਦਾ ਜੋ ਵਰਡ ਹੈ ਉਹ 2022 ਦਾ ਵਰਡ ਇਹਨਾਂ ਨੇ ਕਿਹਾ ਹੈ 2022 ਦਾ ਵਰਡ ਆਫ ਦਾ ਈਅਰ ਇਹਨਾਂ ਨੇ ਡਿਕਲੇਅਰ ਕੀਤਾ ਗੋਬਲਿਨ ਮੋਡ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਹੈ ਜੀ ਜੋ ਉਹੀ ਹੈ ਜੋ ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਨੂੰ ਪਬਲਿਸ਼ ਕਰਦੇ ਤੇ ਹਰ ਸਾਲ ਇੱਕ ਇਹ ਉਸ ਸਾਲ ਦੇ ਤਹਿਤ ਇੱਕ ਵਰਡ ਦਿੰਦੇ ਹੁੰਦੇ ਨੇ ਕਿ 2021 ਦਾ ਇਹ ਵਰਡ ਸੀ 2020 ਦਾ ਇਹ ਵਰਡ ਸੀ ਸੋ 2022 ਦਾ ਜੋ ਵਰਡ ਹੈ ਗੋਬਲਨ ਮੋਡ ਕੁਆਡ ਦੇ ਫਾਲੋਸ਼ਿਪ ਤਹਿਤ ਹੈ ਤਾਂ ਯੂਐਸ ਨੇ ਦੋ ਪਹਿਲੇ 100 ਸਟੂਡੈਂਟਸ ਹੈ ਉਹ ਸਿਲੈਕਟ ਕੀਤੇ ਨੇਗੇ ਹੈ ਕੀ ਮਸਲਾ ਇਹ ਕੁਆਡ ਦੇ ਵਿੱਚ ਤੁਹਾਡੇ ਲਈ ਵਿੱਚ ਚਾਰ ਦੇਸ਼ ਆ ਜਾਂਦੇ ਨੇਗੇ ਯੂਐਸ ਜਪਾਨ ਆਸਟ੍ਰੇਲੀਆ ਇੰਡੀਆ ਇਹ ਚਾਰੇ ਦੇਸ਼ਾਂ ਦਾ ਬੰਦ ਹੈ ਜੀ ਕੁਆਡ ਸੋ ਇਹਦੇ ਵਿੱਚ ਯੂਐਸ ਨੇ ਆਫਰ ਕੀਤਾ ਸੀ ਵੀ ਇਹਨਾਂ ਤਿੰਨਾਂ ਦੇਸ਼ਾਂ ਦੇ ਵਿੱਚੋਂ ਅਸੀਂ 100 ਸਟੂਡੈਂਟ ਹਰ ਸਾਲ ਸਿਲੈਕਟ ਕਰਾਂਗੇ ਤੇ ਉਹਨਾਂ ਨੂੰ ਸਕਾਲਰਸ਼ਿਪ ਦੇ ਤਹਿਤ ਯੂਐਸ ਦੇ ਵਿੱਚ ਪੜਾਇਆ ਜਾਵੇਗਾ ਸੋ ਇਹ ਜੋ ਡਿਸੀਜਨ ਹੋਇਆ ਸੀ ਇਸੇ ਦੇ ਚੱਲਦੇ ਹੋਏ ਹੁਣ ਪਹਿਲੇ ਜੋ 100 ਸਟੂਡੈਂਟ ਨੇ ਉਹ ਕੁਆਡ ਫਾਲੋਸ਼ਿਪ ਪ੍ਰੋਗਰਾਮ ਦੇ ਤਹਿਤ ਸਿਲੈਕਟ ਕਰ ਲਏ ਗਏ ਨੇਗੇ ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ ਕੁਆਡ ਕੀ ਹੈ ਤੇ ਫਲੋਸ਼ਿਪ ਪ੍ਰੋਗਰਾਮ ਇਹਦਾ ਕੀ ਹੈਗਾ 스포츠 ਦੀ ਗੱਲ ਕਰੀਏ ਜੀ ਕੁਝ ਕੁ 스포츠 ਵੀ ਆਪਣੇ ਲੋ ਇਸ ਵਾਰ ਇੰਡੀਆ ਜਿਹੜੀ ਹੈ ਉਹ 5 ਟੈਸਟ ਹਾਕੀ ਸੀਰੀਜ਼ ਹੈ ਆਸਟ੍ਰੇਲੀਆ ਨੂੰ ਹਾਰ ਚੁੱਕਿਆ 4-1 ਦੇ ਨਾਲ ਹਾਕੀ ਦੀ ਸੀਰੀਜ਼ ਹੋਈ ਸੀ ਜਿਸ ਦਾ ਨਾਮ ਸੀ 5 ਟੈਸਟ ਹਾਕੀ ਸੀਰੀਜ਼ ਤੇ ਇੰਡੀਆ 4-1 ਦੇ ਨਾਲ ਆਸਟ੍ਰੇਲੀਆ ਨੂੰ ਹਾਰ ਗਿਆ ਸੋਰਾਸਟਰ ਕ੍ਰਿਕਟ ਟੀਮ ਹੈ ਉਹਨਾਂ ਨੇ ਵਿਜੇ ਹਜਾਰੇ ਟਰੋਫੀ ਇਸ ਵਾਰ ਦੀ 2022 ਦੀ ਜਿੱਤ ਲਈ ਹੈ ਸੋਰਾਸਟਰ ਕ੍ਰਿਕਟ ਟੀਮ ਵੱਲੋਂ ਮੀਰਾ ਬਾਈ ਚਾਨੂੰ ਨੇ ਸਿਲਵਰ ਮੈਡਲ ਜਿੱਤਿਆ weight lifting 200 ਕਿਲੋਗ੍ਰam ਦੇ ਵਿੱਚ ਐਚ ਕੰਤਿਕਰ ਨੇ ਉਹਨਾਂ ਨੂੰ ਜੀ ਇੰਡੀਅਨ ਔਮਨਜ਼ ਕ੍ਰਿਕਟ ਦੇ ਜੋ ਬੈਟਿੰਗ ਕੋਚ ਹੈ ਉਹ ਅਪਾਇੰਟ ਕੀਤਾ ਗਿਆ ਇੰਡੀਅਨ ਬੈਟਸਮੈਨ ਇਸ਼ਾਨ ਕਿਸ਼ਨ ਨੇ ਫਾਸਟੈਸਟ ਡਬਲ ਸੈਂਚਰੀ ਸਕੋਰ ਕੀਤੀ ਹੈ ਉਹਨਾਂ ਨੇ ਸਿਰਫ 126 ਬੋਲਾਂ ਦੇ ਵਿੱਚ 200 ਰਨ ਸਕੋਰ ਕੀਤੇ ਨੇ ਸੋ ਇਸ ਤੋਂ ਪਹਿਲਾਂ ਇਹ ਜੋ ਰਿਕਾਰਡ ਹੈ ਉਹ ਕ੍ਰਿਸ ਗੇਲ ਕੋਲ ਸੀ ਬਟ ਹੁਣ ਇਸ ਇੰਡੀਅਨ ਬੈਟਸਮੈਨ ਜੋ ਇਸ਼ਾਨ ਕਿਸ਼ਨ ਉਹਨਾਂ ਦੇ ਦੁਆਰ ਦੇ ਕੋਲ ਇਹ ਜੋ ਟੈਗ ਆ ਉਹ ਆ ਚੁੱਕਾ ਹੈ ਕਿ ਇਹਨਾਂ ਨੇ ਫਾਸਟੈਸਟ ਡਬਲ ਸੈਂਚਰੀ ਹੈ ਜੋ 1 ਡੇ ਇੰਟਰਨੈਸ਼ਨਲ ਕਰੈਕਟ ਦੇ ਵਿੱਚ ਸਕੋਰ ਕੀਤੀ ਹੈ ਸੋ ਇਹ ਸੰਜੀ ਆਪਣੇ ਇਸ ਪ੍ਰੀਵੀਅਸ ਵੀਕ ਦੇ ਕਰੰਟ ਅਫੇਅਰਸ ਇਹਨਾਂ ਦੇ ਨਾਲ ਆਪਾਂ ਇੱਥੇ ਹੀ ਸਮਾਪਤ ਕਰਾਂਗੇ ਅੱਗਿਆਂ ਦੇ ਆਪਾਂ ਫਿਰ ਤੋਂ ਡਿਸਕਸ਼ਨ ਕਰਾਂਗੇ ਕੋਈ ਤੁਹਾਨੂੰ ਟਰਮ ਨਹੀਂ ਸਮਝ ਆਈ ਹੋਈ ਜਾਂ ਕੋਈ ਟਾਪਿਕ ਇਹਦੇ ਰਿਲੇਟਡ ਨਾ ਸਮਝ ਆਵੇ ਕਰੰਟ ਅਫੇਅਰਸ ਦੇ ਵਿੱਚ ਤਾਂ ਤੁਸੀਂ ਉਹਨਾਂ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਅਕੈਡਮੀ ਦੇ ਨੰਬਰ ਦੇ ਉੱਪਰ ਦੱਸ ਸਕਦੇ ਹੋ ਆਪਾਂ ਉਹਨਾਂ ਨੂੰ ਨੈਕਸਟ ਵੀਕ ਵੀਡੀਓ ਦੇ ਵਿੱਚ ਐਕਸਪਲੇਨ ਕਰ ਦੇਵਾਂਗੇ ਥੈਂਕ ਯੂ